ਇਹ ਐਕਸੀਡੈਂਟ ਇਸ ਤਰ੍ਹਾਂ ਹੈ ਜੀ, ਇੱਕ ਟਰੈਕਟਰ ਟਰਾਲੀ ਸੀਗਾ ਜੀ, ਜਿਹੜਾ ਆਪਣੇ ਭਵਾਨੀਗਾ ਰੋਡ 'ਤੇ ਹਵੇਲੀ ਆ ਉਹਨਾਂ ਦਾ, ਇਹ ਟਿਕਟਾਂ ਲੈਣ ਜਾ ਰਹੇ ਸਮਾਨ ਨੇ, ਟਰੈਕਟਰ ਦਾ ਤੇਲ ਮੁੱਕ ਗਿਆ। ਉਹਦੇ ਮਗਰ ਦੋ ਬੰਦੇ ਤੇਲ ਲੈ ਕੇ ਆਏ ਸੀ, ਤੇਲ ਬਦਲ ਰਿਹਾ ਸੀ ਉਹਦਾ, ਤੇਲ ਬਦਲਦਿਆਂ ਉਹਨੇ 'ਚ ਇਹਨੂੰ ਇੱਕ ਭੱਠੇ ਵਾਲਾ ਟਰੈਕਟਰ ਆ ਗਿਆ, ਉਹ ਸਟਾਰਟ ਕਰਨ ਲਈ ਉਹਦੀ ਹੈਲਪ ਮੰਗੀ ਇਹਨਾਂ ਨੇ। ਉਹ ਟਰੈਕਟਰ ਜਦੋਂ ਉਹਨੇ ਹੌਲੀ ਕੀਤਾ, ਮਗਰ ਇੱਕ ਆ ਰਹੀ ਸੀ ਪੈਪਸ ਵਾਲਿਆਂ ਦੀ ਬੱਸ, ਉਹ ਵਿੱਚ ਜਾ ਵੱਜੀ ਉਸ ਟਰੈਕਟਰ ਦੇ ਭੱਠੇ ਵਾਲੇ ਦੇ। ਆਹ ਗੱਲ ਆ ਜੀ। ਬਾਕੀ ਬੱਸ ਦੀਆਂ ਸਵਾਰੀਆਂ ਬਸ ਚਲੀਆਂ ਗਈਆਂ ਬਚਾ ਰਿਹਾ ਸੱਟਾਂ ਤੋਂ। ਹਾਂ, ਨੁਕਸਾਨ ਕੋਈ ਨਹੀਂ ਹੋਇਆ, ਮਤਲਬ ਬੱਸ ਦਾ ਨੁਕਸਾਨ ਹੋਇਆ, ਬੱਸ ਦਾ ਫਰੰਟ ਜਿਹੜਾ ਹੈ ਉਹ ਕਾਫੀ ਭੰਨ ਟੁੱਟ ਗਿਆ ਟਰੈਕਟਰ ਦੀ ਟਰਾਲੀ 'ਚ ਵੱਜਣ ਕਰਕੇ। ਬਾਕੀ ਆ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਹ ਐਕਸੀਡੈਂਟ ਇਸ ਤਰ੍ਹਾਂ ਹੈ ਜੀ, ਇੱਕ ਟਰੈਕਟਰ ਟਰਾਲੀ ਸੀਗਾ ਜੀ, ਜਿਹੜਾ ਆਪਣੇ ਭਵਾਨੀਗਾ ਰੋਡ 'ਤੇ ਹਵੇਲੀ ਆ ਉਹਨਾਂ ਦਾ, ਇਹ ਟਿਕਟਾਂ ਲੈਣ ਜਾ ਰਹੇ ਸਮਾਨ ਨੇ, ਟਰੈਕਟਰ ਦਾ ਤੇਲ ਮੁੱਕ ਗਿਆ। ਉਹਦੇ ਮਗਰ ਦੋ ਬੰਦੇ ਤੇਲ ਲੈ ਕੇ ਆਏ ਸੀ, ਤੇਲ ਬਦਲ ਰਿਹਾ ਸੀ ਉਹਦਾ, ਤੇਲ ਬਦਲਦਿਆਂ ਉਹਨੇ 'ਚ ਇਹਨੂੰ ਇੱਕ ਭੱਠੇ ਵਾਲਾ ਟਰੈਕਟਰ ਆ ਗਿਆ, ਉਹ ਸਟਾਰਟ ਕਰਨ ਲਈ ਉਹਦੀ ਹੈਲਪ ਮੰਗੀ ਇਹਨਾਂ ਨੇ। ਉਹ ਟਰੈਕਟਰ ਜਦੋਂ ਉਹਨੇ ਹੌਲੀ ਕੀਤਾ, ਮਗਰ ਇੱਕ ਆ ਰਹੀ ਸੀ ਪੈਪਸ ਵਾਲਿਆਂ ਦੀ ਬੱਸ, ਉਹ ਵਿੱਚ ਜਾ ਵੱਜੀ ਉਸ ਟਰੈਕਟਰ ਦੇ ਭੱਠੇ ਵਾਲੇ ਦੇ। ਆਹ ਗੱਲ ਆ ਜੀ। ਬਾਕੀ ਬੱਸ ਦੀਆਂ ਸਵਾਰੀਆਂ ਬਸ ਚਲੀਆਂ ਗਈਆਂ ਬਚਾ ਰਿਹਾ ਸੱਟਾਂ ਤੋਂ। ਹਾਂ, ਨੁਕਸਾਨ ਕੋਈ ਨਹੀਂ ਹੋਇਆ, ਮਤਲਬ ਬੱਸ ਦਾ ਨੁਕਸਾਨ ਹੋਇਆ, ਬੱਸ ਦਾ ਫਰੰਟ ਜਿਹੜਾ ਹੈ ਉਹ ਕਾਫੀ ਭੰਨ ਟੁੱਟ ਗਿਆ ਟਰੈਕਟਰ ਦੀ ਟਰਾਲੀ 'ਚ ਵੱਜਣ ਕਰਕੇ। ਬਾਕੀ ਆ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਹ ਐਕਸੀਡੈਂਟ ਇਸ ਤਰ੍ਹਾਂ ਹੈ ਜੀ, ਇੱਕ ਟਰੈਕਟਰ ਟਰਾਲੀ ਸੀਗਾ ਜੀ, ਜਿਹੜਾ ਆਪਣੇ ਭਵਾਨੀਗਾ ਰੋਡ 'ਤੇ ਹਵੇਲੀ ਆ ਉਹਨਾਂ ਦਾ, ਇਹ ਟਿਕਟਾਂ ਲੈਣ ਜਾ ਰਹੇ ਸਮਾਨ ਨੇ, ਟਰੈਕਟਰ ਦਾ ਤੇਲ ਮੁੱਕ ਗਿਆ। ਉਹਦੇ ਮਗਰ ਦੋ ਬੰਦੇ ਤੇਲ ਲੈ ਕੇ ਆਏ ਸੀ, ਤੇਲ ਬਦਲ ਰਿਹਾ ਸੀ ਉਹਦਾ, ਤੇਲ ਬਦਲਦਿਆਂ ਉਹਨੇ 'ਚ ਇਹਨੂੰ ਇੱਕ ਭੱਠੇ ਵਾਲਾ ਟਰੈਕਟਰ ਆ ਗਿਆ, ਉਹ ਸਟਾਰਟ ਕਰਨ ਲਈ ਉਹਦੀ ਹੈਲਪ ਮੰਗੀ ਇਹਨਾਂ ਨੇ। ਉਹ ਟਰੈਕਟਰ ਜਦੋਂ ਉਹਨੇ ਹੌਲੀ ਕੀਤਾ, ਮਗਰ ਇੱਕ ਆ ਰਹੀ ਸੀ ਪੈਪਸ ਵਾਲਿਆਂ ਦੀ ਬੱਸ, ਉਹ ਵਿੱਚ ਜਾ ਵੱਜੀ ਉਸ ਟਰੈਕਟਰ ਦੇ ਭੱਠੇ ਵਾਲੇ ਦੇ। ਆਹ ਗੱਲ ਆ ਜੀ। ਬਾਕੀ ਬੱਸ ਦੀਆਂ ਸਵਾਰੀਆਂ ਬਸ ਚਲੀਆਂ ਗਈਆਂ ਬਚਾ ਰਿਹਾ ਸੱਟਾਂ ਤੋਂ। ਹਾਂ, ਨੁਕਸਾਨ ਕੋਈ ਨਹੀਂ ਹੋਇਆ, ਮਤਲਬ ਬੱਸ ਦਾ ਨੁਕਸਾਨ ਹੋਇਆ, ਬੱਸ ਦਾ ਫਰੰਟ ਜਿਹੜਾ ਹੈ ਉਹ ਕਾਫੀ ਭੰਨ ਟੁੱਟ ਗਿਆ ਟਰੈਕਟਰ ਦੀ ਟਰਾਲੀ 'ਚ ਵੱਜਣ ਕਰਕੇ। ਬਾਕੀ ਆ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਹ ਐਕਸੀਡੈਂਟ ਇਸ ਤਰ੍ਹਾਂ ਹੈ ਜੀ, ਇੱਕ ਟਰੈਕਟਰ ਟਰਾਲੀ ਸੀਗਾ ਜੀ, ਜਿਹੜਾ ਆਪਣੇ ਭਵਾਨੀਗਾ ਰੋਡ 'ਤੇ ਹਵੇਲੀ ਆ ਉਹਨਾਂ ਦਾ, ਇਹ ਟਿਕਟਾਂ ਲੈਣ ਜਾ ਰਹੇ ਸਮਾਨ ਨੇ, ਟਰੈਕਟਰ ਦਾ ਤੇਲ ਮੁੱਕ ਗਿਆ। ਉਹਦੇ ਮਗਰ ਦੋ ਬੰਦੇ ਤੇਲ ਲੈ ਕੇ ਆਏ ਸੀ, ਤੇਲ ਬਦਲ ਰਿਹਾ ਸੀ ਉਹਦਾ, ਤੇਲ ਬਦਲਦਿਆਂ ਉਹਨੇ 'ਚ ਇਹਨੂੰ ਇੱਕ ਭੱਠੇ ਵਾਲਾ ਟਰੈਕਟਰ ਆ ਗਿਆ, ਉਹ ਸਟਾਰਟ ਕਰਨ ਲਈ ਉਹਦੀ ਹੈਲਪ ਮੰਗੀ ਇਹਨਾਂ ਨੇ। ਉਹ ਟਰੈਕਟਰ ਜਦੋਂ ਉਹਨੇ ਹੌਲੀ ਕੀਤਾ, ਮਗਰ ਇੱਕ ਆ ਰਹੀ ਸੀ ਪੈਪਸ ਵਾਲਿਆਂ ਦੀ ਬੱਸ, ਉਹ ਵਿੱਚ ਜਾ ਵੱਜੀ ਉਸ ਟਰੈਕਟਰ ਦੇ ਭੱਠੇ ਵਾਲੇ ਦੇ। ਆਹ ਗੱਲ ਆ ਜੀ। ਬਾਕੀ ਬੱਸ ਦੀਆਂ ਸਵਾਰੀਆਂ ਬਸ ਚਲੀਆਂ ਗਈਆਂ ਬਚਾ ਰਿਹਾ ਸੱਟਾਂ ਤੋਂ। ਹਾਂ, ਨੁਕਸਾਨ ਕੋਈ ਨਹੀਂ ਹੋਇਆ, ਮਤਲਬ ਬੱਸ ਦਾ ਨੁਕਸਾਨ ਹੋਇਆ, ਬੱਸ ਦਾ ਫਰੰਟ ਜਿਹੜਾ ਹੈ ਉਹ ਕਾਫੀ ਭੰਨ ਟੁੱਟ ਗਿਆ ਟਰੈਕਟਰ ਦੀ ਟਰਾਲੀ 'ਚ ਵੱਜਣ ਕਰਕੇ। ਬਾਕੀ ਆ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ।